ਹੁਣ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਸਤਾਦ ਬੰਦੇ ਫੁੱਲ ਐਲਬਮ ਦਾ, ਜਿਨ੍ਹਾਂ ਨੇ ਸੰਗੀਤ ਕੀਤਾ, ਮਿਊਜ਼ਿਕ ਕੀਤਾ, ਸੰਗੀਤ ਦੇ ਨਾਲ ਸ਼ਿੰਗਾਰਿਆ, ਕਿ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਭਾਈ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਨਵਾਰੇ ਬੰਦੇ ਨੂੰ ਕੈਮਰੇ ਸਾਹਮਣੇ ਲੈ ਕੇ ਆਏ, ਹੁਣ ਆ ਕੇ ਫਿਰ ਲੈ ਕੇ ਆ ਜਾ, ਫਿਰ ਹੱਸਣ ਲੱਗ ਗਿਆ। ਸੋ ਹੁਣ ਅਸੀਂ ਫਾਈਨਲ ਕੀਤਾ ਕਿ ਵਿੱਚ ਪਊਗੀ ਬਾਈ, ਮੇਕਿੰਗ ਦੇ ਵਿੱਚ ਪਊਗੀ ਆ ਚੀਜ਼, ਤੇ ਚੱਲ ਦੱਸ ਸੁਣ ਕੇ ਕਰਨਾ ਹੀ ਦੱਸ। ਬਹੁਤ ਵਧੀਆ ਸਵਾਦ ਆ ਗਿਆ ਅੱਜ, ਵੈਸੇ ਹੀ ਮੂਡ ਜਿਹਾ ਬਹੁਤ ਖੁਸ਼ ਹੋਇਆ ਸੀ, ਤੇ ਗਾਣੇ ਦਾ ਅੱਜ ਸਵਾਦ ਆ ਗਿਆ ਬਾਈ ਕਰਕੇ। ਜਿਹੜੀ ਭਾਜੀ ਨੇ ਨਾ ਕੋਈ ਅੰਦਰ ਖਾਤੇ ਵਾਲੀ ਗੱਲ ਸੁਣਾਈ ਸੀ, ਉਹ ਗੱਲ ਸੁਣ ਕੇ ਵੀ ਬੜਾ ਹੱਸ ਰਿਹਾ ਸੀ, ਤਾਂ ਕਰਕੇ ਥੋੜ੍ਹਾ ਜਿਹਾ ਮਾਹੌਲ ਇੱਦਾਂ ਦਾ ਹੋ ਗਿਆ। ਸੋ ਸਾਰਿਆਂ ਨੂੰ ਬਾਈ, ਜਿੰਨੇ ਵੀ ਮਤਲਬ ਸਾਨੂੰ ਇਸ ਟਾਈਮ ਦੇਖ ਰਹੇ ਆ, ਸਾਡੀ ਫੁੱਲ ਐਲਬਮ ਆ ਰਹੀ ਆ, ਉਸਤਾਦ ਬੰਦੇ ਸਾਰੇ ਵਾਚ ਕਰਿਓ, ਸਪੋਰਟ ਰੱਖਿਓ, ਬਹੁਤ ਘੈਂਟ ਪ੍ਰੋਜੈਕਟ ਆ, ਬਹੁਤ ਘੈਂਟ ਗਾਣੇ ਆ, ਅਤੇ ਇਦੂ ਬਾਅਦ ਵੀ ਸਾਰੇ ਭਾਈ ਹੁਣਾਂ ਨੂੰ ਵੀ ਸਪੋਰਟ ਕਰਿਓ, ਅਸੀਂ ਭਾਈ ਹੁਣਾਂ ਦੇ ਹੋਰ ਵੀ ਗਾਣੇ ਲੈ ਕੇ ਆਵਾਂਗੇ। ਥੈਂਕ ਯੂ, ਓਕੇ, ਥੈਂਕ ਯੂ, ਲਵ ਯੂ।
दो जने अपनी ना 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 ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਦੇ ਲਈ। ਇਸ ਗੀਤ ਨੂੰ ਸ਼ਾਇਦ ਹੀ ਕੋਈ ਐਸਾ ਸੰਗੀਤ ਪ੍ਰੇਮੀ ਹੋਏਗਾ ਜਾਂ ਗੀਤ ਪ੍ਰੇਮੀ ਹੋਏਗਾ ਜਿਹਨੇ ਨਾ ਸੁਣਿਆ ਹੋਵੇ। ਅੱਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਜਿਹੜੇ ਗੀਤ ਦੀ ਮੇਕਿੰਗ ਅਸੀਂ ਦਿਖਾ ਰਹੇ ਹਾਂ, ਉਸ ਗੀਤ ਨੂੰ ਜਿਨ੍ਹਾਂ ਨੇ ਗਾਇਆ, ਦਵਿੰਦਰ ਕੋਹਿਨੂਰ ਜੀ ਉਹਨਾਂ ਨਾਲ ਤੁਹਾਨੂੰ ਮਿਲਾਵਾਂਗੇ ਅਤੇ ਉਹਨਾਂ ਤੋਂ ਆਪਾਂ ਜਾਣਾਂਗੇ ਕਿ ਉਹਨਾਂ ਨੂੰ ਕਿੱਦਾਂ ਲੱਗ ਰਿਹਾ। ਭਾਅ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਤੁਹਾਨੂੰ ਕਿੱਦਾਂ ਲੱਗ ਰਿਹਾ ਜੀ? ਠੰਡ ਦਾ ਵੀ ਜਿਹੜਾ ਹੈਗਾ ਮੌਸਮ ਆ, ਬਹੁਤ ਜ਼ਿਆਦਾ ਠੰਡ ਹੈ ਅਤੇ ਇੰਨੀ ਠੰਡ ਦੇ ਵਿੱਚ ਸਾਰੀ ਟੀਮ ਜਿਹੜੀ ਹੈਗੀ ਆ ਮਿਹਨਤ ਕਰ ਰਹੀ ਆ, ਗੀਤ ਦੀ ਵੀਡੀਓ ਬਣਾ ਰਹੀ ਆ, ਤੁਸੀਂ ਆਏ ਹੋ, ਤੁਹਾਡੇ ਜਿਹੜੇ ਹੈਗੇ ਨੇ ਸ਼ਿੰਕ ਨੇ, ਅਤੇ ਕਿੱਦਾਂ ਤੁਹਾਨੂੰ ਲੱਗ ਰਿਹਾ ਹੈਗਾ? ਬਹੁਤ ਹੀ ਲੰਮੇ ਵਕਫੇ ਤੋਂ ਬਾਅਦ ਆ ਬਾਈ ਜੱਗੀ ਸਿੰਘ ਹੇਡਾ ਜੀ, ਕੇ ਵੀ ਸਿੰਘ ਮਿਊਜ਼ਿਕ ਡਾਇਰੈਕਟਰ,
ਮੇਰੀ ਸੋਚ ਦੇ ਮੁਤਾਬਕ ਕੰਮ ਕਰ ਰਹੇ ਨੇ, ਬਹੁਤ ਹੀ ਚੰਗਾ ਲੱਗ ਰਿਹਾ। ਅਤੇ ਇਸ ਗੀਤ ਦੇ ਜਿਹੜੇ ਲਫਜ਼ ਨੇ, ਬੋਲ ਨੇ, ਹੈ ਨਾ, ਤੁਸੀਂ ਜਿੱਦਾਂ ਜਿਹੜੇ ਦਰਦ ਭਰੇ ਗੀਤ ਨੇ, ਦਰਦ ਭਰੇ ਗੀਤਾਂ ਦੇ ਬਾਦਸ਼ਾਹ ਮੰਨੇ ਜਾਂਦੇ ਹੋ, ਹੈ ਨਾ, ਅਤੇ ਜਿਹਨਾਂ ਦੇ ਦਿਲ ਟੁੱਟੇ ਹੁੰਦੇ ਨੇ ਜਾਂ ਵੈਸੇ ਉਦਾਸ ਹੁੰਦੇ ਨੇ ਜ਼ਿੰਦਗੀ ਤੋਂ, ਉਹ ਤੁਹਾਡੇ ਗੀਤ ਰਿਪੀਟ ਦੇ ਉੱਤੇ ਸੁਣਦੇ ਨੇ, ਅਤੇ ਤੁਸੀਂ ਕਿੰਨੇ ਲੰਮੇ ਸਮੇਂ ਤੋਂ ਬਾਅਦ ਤੁਸੀਂ ਫਿਰ ਗੀਤ ਕਰ ਰਹੇ ਹੋ, ਅਤੇ ਇਹਦੇ ਲਫਜ਼ ਕਿੱਦਾਂ ਦੇ ਨੇ? ਮਤਲਬ ਬਹੁਤ ਹੀ ਵਧੀਆ ਲਫਜ਼ ਨੇ ਆਪਣੇ ਮੇਰੇ ਵੀਰ ਜੱਗੀ ਸੰਘੇੜੇ ਵਾਲੇ ਦੇ, ਤੁਸੀਂ ਸੁਣੋਗੇ ਤਾਂ ਜ਼ਰੂਰ ਆਨੰਦ ਮਾਣੋਗੇ। ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਬੜੇ ਲੰਮੇ ਸਮੇਂ ਤੋਂ ਮੇਰੇ ਸਰੋਤੇ, ਮੇਰੇ ਰੱਬ ਵਰਗੇ ਸਰੋਤਿਆਂ ਦੀ ਤਾਂਘ ਸੀ ਕਿ ਕੁਝ ਮਾਰਕੀਟ ਦੇ ਵਿੱਚ ਲੈ ਕੇ ਆਓ, ਅਤੇ ਔਫਰਾਂ ਤਾਂ ਪਹਿਲਾਂ ਵੀ ਬਹੁਤ ਸੀ, ਪਰ ਮੇਰੇ ਨਾਲ ਕੇ ਵੀ ਸਿੰਘ, ਜੱਗੀ ਸੰਘੇੜੇ ਨੇ ਮੁਲਾਕਾਤ ਕੀਤੀ ਔਰ ਇਹਨਾਂ ਨਾਲ ਗੱਲਬਾਤ ਕਰਕੇ ਮੈਨੂੰ ਲੱਗਿਆ ਕਿ ਕੁਝ ਨਵਾਂਪਨ ਇਹਨਾਂ ਦੇ ਵਿੱਚ ਹੈ ਔਰ ਮੇਰੀ ਸੋਚ ਦੇ ਮੁਤਾਬਕ ਇਹ ਕੰਮ ਕਰਨਾ ਚਾਹੁੰਦੇ ਨੇ, ਅਤੇ ਮੈਂ ਵੀ ਜੈਸ ਕਰਤੀ ਅਤੇ ਹੁਣ ਗੀਤ ਫਲਮਾ ਰਹੇ ਹਾਂ, ਜਲਦੀ ਤੁਹਾਡੇ ਰੂਬਰੂ ਕਰਾਂਗੇ। ਜ਼ਿਆਦਾ ਆ, ਅਤੇ ਇੰਨੀ ਠੰਡ ਦੇ ਵਿੱਚ ਸਾਰੀ ਟੀਮ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਮਿਹਨਤ ਕਰ ਰਹੀ ਆ ਇਸ ਗੀਤ ਦੇ ਉੱਤੇ, ਅਤੇ ਆਓ ਹੁਣ ਤੁਹਾਨੂੰ ਮਿਲਾਉਂਦੇ ਹਾਂ ਇਸ ਗੀਤ ਦੇ ਮੇਨ ਮਾਡਲ ਜਿੰਮੀ ਸ਼ਰਮਾ ਜੀ ਨਾਲ। ਬਾਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਠੰਡ ਬਹੁਤ ਜ਼ਿਆਦਾ ਆ, ਹੈ ਨਾ, ਅਤੇ ਕਿੱਦਾਂ ਲੱਗ ਰਿਹਾ ਤੁਹਾਨੂੰ ਗਾਣੇ ਦਾ ਸ਼ੂਟ? ਤੁਸੀਂ ਆਪ ਵੇਖ ਲਓ, ਤੁਸੀਂ ਨਾਲ ਨਾਲ ਪੁੱਛ ਰਹੇ ਹੋ ਕਿੱਦਾਂ ਲੱਗ ਰਿਹਾ, ਨਾਲ ਤੁਸੀਂ ਆਪ ਸੁੰਗੜੇ ਪਏ ਹੋ। ਸੱਚੀ ਬਹੁਤ ਠੰਡ ਹੈ, ਅਤੇ ਦੁਪਹਿਰੇ ਤਾਂ ਧੁੱਪ ਸੀਗੀ, ਪਰ ਹੁਣ ਜਿੱਦਾਂ ਜਿੱਦਾਂ ਧੁੱਪ ਗਈ ਠੰਡ ਵੱਧ ਗਈ ਹੈ। ਇਹ ਆਪਾਂ ਆਈ ਥਿੰਕ ਆਊਟਸਕਰਟਸ ਹੀ ਕਹਿ ਸਕਦੇ ਹਾਂ ਇਹਨੂੰ, ਜਿੱਦਾਂ ਬਾਹਰ ਹੈ ਥੋੜ੍ਹਾ ਜਿਹਾ, ਹੈ ਨਾ, ਹੱਟ ਕੇ ਪਹਾੜੀ ਇਲਾਕਾ ਜਿਹਾ ਹੈ। ਇਹ ਜਲਸਾ ਫਾਰਮ ਹੈ, ਅਬੀਪੁਰ 'ਤੇ ਪੈਂਦਾ ਹੈ, ਅਤੇ ਬਾਕੀ ਬਹੁਤ ਵਧੀਆ ਸ਼ੂਟ ਹੋ ਰਿਹਾ। ਦਵਿੰਦਰ ਕੋਹੀਨੂਰ ਸਾਹਿਬ ਦਾ ਗਾਣਾ ਬਹੁਤ ਬਹੁਤ ਘੈਂਟ ਗਾਣਾ, ਬਹੁਤ ਵਧੀਆ। ਜਿਸ ਤਰ੍ਹਾਂ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਸੈਡ ਸੌਂਗਸ ਕਿੰਨੇ ਲਾਈਕ ਪਿਆਰੇ ਹੁੰਦੇ ਸੀ, ਹੈ ਨਾ, ਦਿਲ ਨੂੰ ਸਕੂਨ ਦੇਣ ਵਾਲਾ ਮਿਊਜ਼ਿਕ, ਉੱਦਾਂ ਦੇ ਅਲਫਾਜ਼। ਬਹੁਤ ਸਾਲਾਂ ਬਾਅਦ ਉੱਦਾਂ ਦਾ ਫਿਰ ਮਿਊਜ਼ਿਕ, ਉੱਦਾਂ ਦੇ ਹੀ ਗਾਣੇ ਦੁਬਾਰਾ ਆ ਰਹੇ ਨੇ, ਕੋਹੀਨੂਰ ਸਾਹਿਬ ਆ ਰਹੇ ਨੇ ਵਾਪਸ। ਬਹੁਤ ਮੈਂ ਖੁਦ ਬਹੁਤ ਮਾਣ ਮਹਿਸੂਸ ਕਰ ਰਿਹਾ ਕਿ ਮੈਨੂੰ ਇਸ ਗੀਤ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ, ਅਤੇ ਬਹੁਤ ਵਧੀਆ ਕੰਮ ਹੋ ਰਿਹਾ, ਬਾਕੀ ਤੁਸੀਂ ਵੇਖ ਹੀ ਰਹੇ ਹੋ। ਹੋਰ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਗੀਤ ਬਾਰੇ? ਇਹਦੇ ਜਿਹੜੇ ਬੋਲ ਨੇ ਗੀਤ ਦੇ, ਉਹ ਜਿਵੇਂ ਦਵਿੰਦਰ ਕੋਹੀਨੂਰ ਜੀ ਜਿਹੜੇ ਹੈਗੇ ਨੇ, ਉਹ ਜਿਹੜੇ ਸੈਡ ਸੌਂਗ ਸੀਗੇ, ਸੈਡ ਦਰਦ ਭਰੇ ਗੀਤਾਂ ਦੇ ਆਪਾਂ ਕਹਿ ਲਈਏ ਕਿ ਬਾਦਸ਼ਾਹ ਦੇ ਰੂਪ ਦੇ ਵਿੱਚ ਆਪਾਂ ਕਹਿ ਲਈਏ ਸੁਣਦੇ ਸੀ ਲੋਕ ਉਹਨਾਂ ਨੂੰ, ਹੈ ਨਾ, ਅਤੇ ਜਿਹੜਾ ਹੁਣ ਗੀਤ ਜਿਹਦੇ ਵਿੱਚ ਤੁਸੀਂ ਮੇਨ ਮਾਡਲ ਕੰਮ ਕਰ ਰਹੇ ਹੋ, ਅਤੇ ਇਹਦੇ ਬੋਲ ਵੀ ਕੀ ਉੱਦਾਂ ਹੀ ਨੇ ਜਾਂ ਕੁਛ ਵੱਖਰੇਵਾਂ ਹੈ? ਬਿਲਕੁਲ ਉੱਦਾਂ ਹੀ ਨੇ। ਜਿਹੜੇ ਇੱਦਾਂ ਦੇ ਲਿਸਨਰਸ ਨੇ, ਜਿਹੜੇ ਇੱਦਾਂ ਦੇ ਗੀਤ ਸੁਣਨਾ ਪਸੰਦ ਕਰਦੇ ਨੇ, ਹੈ ਨਾ, ਉਹਨਾਂ ਦੀ ਰੂਹ ਨੂੰ ਸਕੂਨ ਦੇਗਾ ਇਹ ਗੀਤ, ਬਹੁਤ ਵਧੀਆ। ਮੈਨੂੰ ਜਦੋਂ ਆਡੀਓ ਭੇਜਿਆ, ਆਈ ਥਿੰਕ 4 ਦਿਨ ਪਹਿਲੇ ਮੇਰੇ ਕੋਲ ਆਡੀਓ ਆਇਆ, 4 ਦਿਨ ਤੋਂ ਮੇਰੀ ਗੱਡੀ 'ਚ ਇਹੀ ਆਡੀਓ ਵੱਜ ਰਿਹਾ। ਦੇਖੋ ਮੈਨੂੰ ਇੱਕ ਵਾਰੀ ਸੁਣਨ ਤੋਂ ਬਾਅਦ ਮਤਲਬ ਇਸ਼ਕ ਹੀ ਹੋ ਗਿਆ ਇਸ ਗਾਣੇ ਦੇ ਨਾਲ। ਬਹੁਤ ਵਾਰ ਸੁਣੇਗਾ, ਰਿਪੀਟ 'ਤੇ ਸੁਣੇਗਾ, ਰਿਪੀਟ 'ਤੇ ਸੁਣੇਗਾ, ਡੈਫੀਨੇਟਲੀ ਰਿਪੀਟ 'ਤੇ ਸੁਣੇਗਾ। ਅਤੇ ਆਓ ਮੈਂ ਤੁਹਾਨੂੰ ਆਪਣੀ ਟੀਮ ਨਾਲ ਮਿਲਾਉਣਾ। ਹਾਂਜੀ, ਜ਼ਰੂਰ ਜ਼ਰੂਰ ਜ਼ਰੂਰ। ਅਤੇ ਤੁਸੀਂ ਇਕੱਲੇ ਮੇਰੇ ਨੂੰ ਕੁਝ ਸਵਾਲ ਪੁੱਛਦੇ ਰਹੋਗੇ, ਉਹ ਵੀ ਚੰਗਾ ਨਹੀਂ ਲੱਗਦਾ। ਅਤੇ ਇਹ ਸਾਡੇ ਡਾਇਰੈਕਟਰ ਸਾਹਿਬ ਨੇ ਵਰਿੰਦਰ। ਸਤਿ ਸ਼੍ਰੀ ਅਕਾਲ ਜੀ। ਕੈਪਟਨ ਆਫ ਦ ਸ਼ਿਪ, ਸਾਡੇ DOP ਸਾਹਿਬ ਵਰੁਣ ਸ਼ਰਮਾ। ਕਿਵੇਂ ਲੱਗ ਰਿਹਾ ਭਾਅ ਜੀ ਇੰਨੀ ਠੰਡ ਦੇ ਵਿੱਚ ਸ਼ੂਟ ਕਰ ਰਹੇ? ਬਸ ਭਾਅ ਜੀ ਹੁਣ ਤਾਂ ਆਦਤ ਪੈ ਗਈ ਹੈ,
ਚਲੀ ਜਾਂਦਾ ਹੈ ਰੋਜ਼ ਹੀ ਬਸ। ਅਤੇ ਇਸ ਗਾਣੇ ਤੋਂ ਮਤਲਬ ਤੁਹਾਨੂੰ ਕੀ ਉਮੀਦਾਂ ਨੇ, ਤੁਸੀਂ ਦਰਸ਼ਕਾਂ ਨੂੰ ਕੀ ਗਾਣਾ ਚਾਹੋਗੇ? ਉਮੀਦਾਂ ਤਾਂ ਕਾਫੀ ਹੈ, ਬਾਕੀ ਦਰਸ਼ਕਾਂ ਦੇ ਉੱਪਰ ਹੈ ਕਿ ਉਹਨਾਂ ਨੂੰ ਕਿੱਦਾਂ ਲੱਗਿਆ ਆਪਣਾ ਸੰਗੀਤ ਹੈ ਨਾ। ਅਤੇ ਭਾਅ ਜੀ ਨੇ ਗਾਇਆ ਬਹੁਤ ਅੱਛਾ, ਅਤੇ ਜਿੰਮੀ ਬਾਈ ਨੇ ਐਕਟਿੰਗ ਬਹੁਤ ਅੱਛੀ ਹੈ, ਅਤੇ ਆਪਣੇ ਵਰੁਣ ਬਾਈ ਫਿਲਮਾਂ ਬਹੁਤ ਅੱਛੇ ਰਹੇ ਹੈ ਨਾ, ਸਭ ਵਧੀਆ ਕੰਮ ਕਰ ਰਹੇ ਹੈ, ਤਾਂ ਵਧੀਆ ਹੀ ਨਿਕਲੇਗੀ ਚੀਜ਼। ਭਾਅ ਜੀ ਤੁਹਾਨੂੰ ਕਿਵੇਂ ਲੱਗਿਆ? ਵਧੀਆ ਲੱਗ ਰਿਹਾ ਭਾਅ ਜੀ ਨਾਲ ਪਹਿਲੀ ਵਾਰੀ ਕੰਮ ਕਰ ਰਿਹਾ ਮੈਂ, ਸਾਡੇ DOP ਸਾਹਿਬ ਪਹਿਲੀ ਵਾਰੀ ਕੰਮ ਕਰ ਰਿਹਾ। ਐਕਟਿੰਗ ਵਾਕਈ ਬਹੁਤ ਵਧੀਆ, ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਸ਼ੂਟ ਕੀਤੀ 2-3 ਦਿਨ ਪਹਿਲਾਂ, ਉਸ 'ਚ ਵੀ ਬਹੁਤ ਵਧੀਆ ਐਕਟਿੰਗ ਕੀਤੀ ਆ, ਫਸਟ ਟੇਕ ਓਕੇ, ਆਈ ਪ੍ਰੈਫਰ ਦਾ ਸੇਮ ਇਸ ਥਿੰਗ ਦੇ ਡੂ। ਮਤਲਬ ਪੂਰੀ ਟੀਮ ਜਿਹੜੀ ਹੈਗੀ ਆ ਰਲ ਕੇ ਮਿਹਨਤ ਕਰ ਰਹੀ ਆ, ਅਤੇ ਜਦੋਂ ਇੱਕ ਟੀਮ ਰਲ ਕੇ ਮਿਹਨਤ ਕਰਦੀ ਆ ਤਾਂ ਉਹਦਾ ਜਿਹੜਾ ਫਲ ਆ ਉਹ ਵਧੀਆ ਹੀ ਜਿਹੜਾ ਹੈਗਾ ਨਿਖਰ ਕੇ ਆਉਂਦਾ ਹੈਗਾ, ਫਲ ਵਧੀਆ ਮਿਲਦਾ। ਅੱਛਾ ਸੰਜੂ ਭਾਅ ਜੀ ਸਭ ਤੋਂ ਜ਼ਿਆਦਾ ਸੇਵਾ ਇਹੀ ਕਰਦੇ ਨੇ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਕਿੱਦਾਂ ਲੱਗਿਆ ਜੀ? ਬਹੁਤ ਵਧੀਆ ਭਾਅ ਜੀ, ਮਤਲਬ ਇੱਕ ਗ੍ਰੇਟ ਐਕਸਪੀਰੀਅੰਸ ਰਿਹਾ, ਜਿੱਦਾਂ ਉੱਪਰ ਵੀ ਬਹੁਤ ਜਿਸ ਜਗ੍ਹਾ 'ਤੇ ਮਤਲਬ ਜਾ ਵੀ ਨਹੀਂ ਸਕਦੇ ਤੇ, ਇੰਨੀ ਟਫ ਪਲੇਸ 'ਤੇ ਉੱਥੇ ਜਾ ਕੇ ਵੀ ਇਹਨਾਂ ਨੇ ਸ਼ੋਟ ਅਟੈਂਪਟ ਕੀਤਾ, ਬਲਕਿ ਇਸ ਲੋਕੇਸ਼ਨ 'ਤੇ ਅੱਜ ਤੱਕ ਉਸ ਜਗ੍ਹਾ 'ਤੇ ਕਦੇ ਸ਼ੋਟ ਹੋਇਆ ਨਹੀਂ, ਬਹੁਤ ਗਾਣੇ ਕੀਤੇ ਬਟ ਉਸ ਜਗ੍ਹਾ 'ਤੇ ਕਦੇ ਉਹ ਸ਼ੋਟ ਨਹੀਂ ਦੇਖਿਆ। ਵੀਡੀਓ 'ਚ ਵੇਖੋਗੇ ਸਾਨੂੰ ਕਿੱਥੇ ਚੜਾਇਆ ਇਹਨਾਂ ਨੇ, ਅਤੇ ਇਹਨਾਂ ਨੇ ਮੇਕਿੰਗ 'ਚ ਵੀ ਉਹ ਸ਼ੋਟ ਜ਼ਰੂਰ ਪਾਏ ਨੇ। ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਅਤੇ ਅਸੀਂ ਵੀ ਉਮੀਦ ਕਰਦੇ ਹਾਂ ਇਹ, ਅਤੇ ਦਰਸ਼ਕਾਂ ਨੂੰ ਇਹ ਅਸੀਂ ਬੇਨਤੀ ਕਰਦੇ ਹਾਂ ਕਿ ਦੇਖੋ ਸਾਰੀ ਜਿਹੜੀ ਟੀਮ ਹੈਗੀ ਆ ਉਹ ਪੂਰੀ ਮਿਹਨਤ ਕਰ ਰਹੀ ਆ, ਇਹ ਪੂਰੀ ਮਿਹਨਤ ਜਿਹੜੀ ਕੋਈ ਵੀ ਜਦੋਂ ਗਾਣਾ ਬਣਦਾ ਗਾ ਤਾਂ ਉਹ ਦਰਸ਼ਕਾਂ ਦੇ ਲਈ ਹੀ ਗਾਣਾ ਬਣਾਇਆ ਜਾਂਦਾ ਗਾ, ਅਤੇ ਸਾਰੀ ਟੀਮ ਜਿੰਨੀ ਮਿਹਨਤ ਕਰ ਰਹੀ ਆ ਇਹਨਾਂ ਦੀ ਮਿਹਨਤ ਦਾ ਫਲ ਜਿਹੜਾ ਹੈਗਾ ਇਹਨਾਂ ਨੂੰ ਮਿਲਣਾ ਜ਼ਰੂਰ ਚਾਹੀਦਾ। ਇਸ ਲਈ ਇਸ ਗਾਣੇ ਨੂੰ, ਦਵਿੰਦਰ ਕੋਹਿਨੂਰ ਜੀ ਦਾ ਜਿਹੜਾ ਇਹ ਗਾਣਾ ਆ ਰਿਹਾ, ਇਹਨੂੰ ਵੱਧ ਤੋਂ ਵੱਧ ਪਿਆਰ ਦਿਓ, ਵੱਧ ਤੋਂ ਵੱਧ ਸਪੋਰਟ ਕਰਿਓ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੀ ਉਸਤਾਦ ਬੰਦੇ ਫੁੱਲ ਐਲਬਮ ਬਾਰੀ ਆ, ਤੁਸੀਂ ਉਹਦੇ ਸਾਰੇ ਹੀ ਤੁਸੀਂ ਗੀਤ ਲਿਖੇ ਨੇ, ਅਤੇ ਭਾਅ ਜੀ ਨੇ ਜਿਹੜਾ ਗੀਤ ਗਾਇਆ ਇਹ ਵੀ ਤੁਸੀਂ ਲਿਖਿਆ, ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਬਾਈ ਬਹੁਤ ਵਧੀਆ ਲੱਗ ਰਿਹਾ, ਜਿੱਦਾਂ ਕਿ ਮਤਲਬ ਭਾਅ ਜੀ ਹੁਣ ਪਹਿਲਾਂ ਹੀ ਕਿਹਾ ਕਿ ਸਾਡੀ ਮਤਲਬ ਭਾਅ ਜੀ ਹੁਣ ਵੀ ਸਾਨੂੰ ਗਾਈਡ ਕੀਤਾ ਵੀ ਆਹ ਚੀਜ਼ ਇੱਦਾਂ ਕਰਨੀ ਹੈ, ਇੱਦਾਂ ਕਰਨੀ ਹੈ, ਹੈ ਨਾ। ਅਤੇ ਇੱਕ ਦੂਜੇ ਨਾਲ ਸਹਿਮਤ ਹੋ ਗਏ, ਕੇ ਵੀ ਨਾਲ ਵੀ ਸਹਿਮਤ ਹੋ ਗਏ, ਜਾਂ ਭਾਅ ਜੀ ਨਾਲ ਵੀ ਸਾਡਾ ਸ਼ੁਰੂ ਤੋਂ ਹੀ ਟੇਪ ਨੂੰ ਲੈ ਕੇ ਵੀ ਸੀ ਕਿ ਵੀ ਕਿੱਦਾਂ ਦੇ ਗਾਣੇ ਕਰਨੇ ਆ, ਕੀ ਕਰਨੇ, ਹੈ ਨਾ। ਸੋ ਭਾਅ ਜੀ ਨੂੰ ਅਸੀਂ ਦੱਸਿਆ ਵੀ ਅਸੀਂ ਆਹ ਗਾਣਾ ਕਰਨਾ ਚਾਹੁੰਦੇ ਹਾਂ, ਅਤੇ ਪਹਿਲਾਂ ਤਾਂ ਭਾਅ ਜੀ ਨੂੰ ਲੱਗਿਆ ਵੀ ਹੋ ਸਕਦਾ ਵੀ ਮੇਰੇ ਅਕੋਰਡਿੰਗ ਨਾ ਹੋਵੇ, ਪਰ ਜਦੋਂ ਭਾਅ ਜੀ ਸਟੂਡੀਓ ਆਏ ਤਾਂ ਭਾਅ ਜੀ ਪੂਰੇ ਸੈਟਿਸਫਾਈ ਹੋ ਗਏ, ਅਤੇ ਭਾਅ ਜੀ ਕਹਿੰਦੇ ਗਾਣੇ ਆਹ ਕਰਨਾ ਗਾ। ਅਤੇ ਬਾਕੀ ਰਹੀ ਐਲਬਮ ਦੀ ਗੱਲ, ਐਲਬਮ ਕੇ ਵੀ ਦਾ ਥੋੜ੍ਹਾ ਆਈਡੀਆ ਸੀਗਾ ਕਿ ਆਪਾਂ ਆਹ ਕੰਮ ਕਰਨਾ ਗਾ, ਅਤੇ ਫਿਰ ਮੈਂ ਵੀ ਕੇ ਵੀ ਨਾਲ ਮਤਲਬ ਸਹਿਮਤ ਹੋ ਗਿਆ ਇਸ ਚੀਜ਼ ਲਈ, ਅਤੇ ਜਿੰਨਾ ਆਰਟਿਸਟ ਨੂੰ ਸੁਣ ਸੁਣ ਕੇ ਵੱਡੇ ਹੋਏ, ਜਿਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਬਹੁਤ ਵਧੀਆ ਲੱਗ ਰਿਹਾ। ਉਸਤਾਦ ਬੰਦਿਆਂ ਨੂੰ ਇਕੱਠਾ ਕਰਿਆ ਜਾ, ਬਿਲਕੁਲ ਬਿਲਕੁਲ, ਉਸਤਾਦ ਬੰਦੇ ਜਿੰਨਾ ਵੀ ਜਿਹਨਾਂ ਨੂੰ ਸੁਣ ਸੁਣ ਕੇ ਵੱਡੇ ਹੋਏ ਸੀ, ਅੱਜ ਉਹਨਾਂ ਨਾਲ ਕੰਮ ਕਰ ਰਹੇ ਆ ਉਸਤਾਦ ਬੰਦੇ, ਸੋ ਸਾਡੇ ਲਈ ਤਾਂ ਉਸਤਾਦ ਸੀਗੇ, ਸੋ ਇਹਨਾਂ ਨੂੰ ਲੈ ਕੇ ਆਇਆ ਸੀ ਮਾਰ। ਕਿਆ ਬਾਤ ਹੈ ਜੀ, ਬਹੁਤ ਹੀ ਜਿਹੜਾ ਹੈਗਾ ਚੰਗਾ ਕੰਮ ਕਰ ਰਹੇ ਹੋ, ਅਤੇ ਅਸੀਂ ਜਿਹੜਾ ਹੈਗਾ ਦੁਆ ਕਰਦੇ ਹਾਂ ਕਿ ਜਿਹੜੀ ਤੁਸੀਂ ਇਹ ਤਹੀਆ ਕੀਤਾ ਗਾ ਨਾ ਉਸਤਾਦ ਬੰਦਿਆਂ ਨੂੰ ਇਕੱਠਾ ਕਰਕੇ ਫੁੱਲ ਐਲਬਮ ਫਿਰ ਤੋਂ ਦੁਬਾਰੇ ਤੋਂ ਜਿਹੜਾ ਹੈਗਾ ਗਾ ਮਾਰਕੀਟ ਦੇ ਵਿੱਚ ਲੈ ਕੇ ਆ ਰਹੇ ਹੋ, ਇਹ ਇਸ ਨੂੰ ਜਿਹੜੇ ਦਰਸ਼ਕ ਨੇ ਉਹ ਬਹੁਤ ਜ਼ਿਆਦਾ ਪਿਆਰ ਦੇਣਗੇ, ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ।